ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਇੱਕ ਮਸਲਾ ਬਹੁਤ ਜ਼ਿਆਦਾ ਗੰਭੀਰ ਇਸ ਟਾਈਮ ਹੋਇਆ ਪਿਆ ਹਾਲ ਫਿਲਹਾਲ ਦੇ ਵਿੱਚ, ਜੋ ਕਿ ਅਮੈਰੀਕਾ ਦੇ ਵਿੱਚ ਵੱਸਦੇ ਸਿੱਖ ਭਾਈਚਾਰਾ ਜਾਣਨਾ ਚਾਹੁੰਦਾ ਹੈ। ਅਫਗਾਨੀ ਸਿੱਖਾਂ ਦੇ ਨਾਲ ਜੋ ਹਾਲ ਫਿਲਹਾਲ ਦੇ ਵਿੱਚ ਜਲਾਲਾਬਾਦ ਦੇ ਵਿੱਚ ਬੰਬ ਬਲਾਸਟ ਹੋਇਆ, ਉਹਦੇ ਵਿੱਚ ਸਿੱਖ ਲੀਡਰਸ ਮੈਂ ਕਹਾਂਗਾ ਉਹਨਾਂ ਦੀ ਸ਼ਹਾਦਤ ਹੋਈ ਹੈ। ਅਤੇ ਮੇਰੇ ਨਾਲ ਗੁਲਾਟੀ ਜੀ ਮੌਜੂਦ ਨੇ, ਜੋ ਕਿ ਅਸੀਂ ਕਈ ਵਾਰ ਸਟੂਡੀਓ ਦੇ ਵਿੱਚ ਵੀ ਵੇਖਿਆ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਇਸ ਮੁਤਲਕ ਉਹ ਕੀ ਕੁਛ ਕਹਿਣਾ ਚਾਹੁੰਦੇ ਨੇ ਔਰ ਕੀ ਕੁਛ ਦਰਖਵਾਸਤ ਕਰਨਾ ਚਾਹੁੰਦੇ ਨੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਜੀ ਹੋਰਾਂ ਤੋਂ। ਜੀ ਗੁਲਾਟੀ ਜੀ, ਤੁਸੀਂ ਔਨ ਏਅਰ ਹੋ, ਕੀ ਕੁਛ ਕਹਿਣਾ ਚਾਹੋਗੇ? ਸਰਦਾਰ ਮਨਜੀਤ ਸਿੰਘ ਜੀ ਆਪਣੇ ਪਿਤਾ ਜੀ ਦੇ ਨਕਸ਼ ਕਦਮ ਤੇ ਚੱਲਦੇ ਹੋਏ ਬਹੁਤ ਹੀ ਵਧੀਆ ਅਤੇ ਸੂਝਬੂਝ ਨਾਲ ਸੇਵਾ ਨਿਭਾ ਰਹੇ ਹਨ, ਜਿਹਨਾਂ ਦੀ ਪ੍ਰਸ਼ੰਸਾ ਕਰਨਾ ਸਾਡਾ ਅਫਗਾਨੀ ਸਿੱਖਾਂ ਦਾ ਵੀ ਫਰਜ਼ ਬਣਦਾ ਹੈ। ਖਾਸ ਕਰ ਇਸ ਵਕਤ ਜੋ ਅਫਗਾਨੀ ਸਿੱਖਾਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ, ਜਿਹਨਾਂ ਦੀਆਂ ਪ੍ਰੋਬਲਮਾਂ 20 ਸਾਲਾਂ ਤੋਂ ਲਟਕਦੀਆਂ ਆ ਰਹੀਆਂ ਸਨ, ਇਹਨਾਂ ਦੇ ਸਹਿਯੋਗ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਦੇ ਸਹਿਯੋਗ ਨਾਲ ਕਿਸੇ ਹੱਦ ਤੱਕ ਹੱਲ ਕੀਤੀਆਂ ਗਈਆਂ ਹਨ। ਅਫਗਾਨੀ ਸਿੱਖ ਸ਼ਹੀਦ ਅਤੇ ਜ਼ਖਮੀ ਪਰਿਵਾਰਾਂ ਲਈ ਜੋ ਸਹਾਇਤਾ ਸਿੱਖ ਪ੍ਰਬੰਧਕ ਕਮੇਟੀ ਵੱਲੋਂ ਜੋ ਖਾਸ ਕਰ ਇਹਨਾਂ ਦੇ ਸਹਿਯੋਗ ਨਾਲ ਸਰਦਾਰ ਮਨਜੀਤ ਸਿੰਘ ਜੀ ਕੇ ਦੇ ਅਰਥਕ ਸੇਵਾ ਨਾਲ ਜੋ ਇਸ ਕਮੇਟੀ ਵੱਲੋਂ ਜੋ ਕੀਤਾ ਗਿਆ, ਬਹੁਤ ਹੀ ਸਲਾਹਣਾਯੋਗ ਕੰਮ ਕੀਤਾ ਗਿਆ ਹੈ। ਓਕੇ ਜੀ, ਠੀਕ ਹੈ ਜੀ, ਗੁਲਾਟੀ ਜੀ। ਅਫਗਾਨੀ ਸਿੱਖ ਅਮਰੀਕਾ ਦੇ ਵਾਸੀ, ਇਹਨਾਂ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ ਅਤੇ ਇਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਹਮੇਸ਼ਾ ਕਰਦੇ ਰਹੋ। ਜੀ 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 ਜੀ, ਧੰਨਵਾਦ ਕਰਦੇ ਹੋਏ ਤੁਹਾਨੂੰ ਨਜ਼ਰ ਆ ਰਹੇ ਨੇ ਕਿ ਜਿਹੜਾ ਅਫਗਾਨੀ ਸਿੱਖਾਂ ਦੇ ਲਈ ਤੁਸੀਂ ਕਦਮ ਚੁੱਕਿਆ। ਹੁਣ ਇਸ ਸੈਗਮੈਂਟ ਦੇ ਵਿੱਚ ਮੈਂ ਗੱਲ ਜ਼ਰੂਰ ਕਰਨਾ ਚਾਹਾਂਗਾ ਕੀ ਟੀਚਾ ਹੈਗਾ ਔਰ ਕੀ ਕੰਮ ਹਜੇ ਤੱਕ ਤੁਸੀਂ ਕਰ ਚੁੱਕੇ ਹੋ ਔਰ ਕੀ ਕੰਮ ਤੁਸੀਂ ਹੋਰ ਕਰਨਾ, ਕਿਹੜੇ ਕਿਹੜੇ ਸਮਾਗਮ ਹੋਰ ਕਰਨੇ ਆ, ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਧਰਮ ਪ੍ਰਚਾਰ ਦੇ ਖੇਤਰ ਦੇ ਵਿੱਚ ਮੈਂ ਸਮਝਦਾ ਕਿ ਸਰ ਪਰਮਜੀਤ ਸਿੰਘ ਰਾਣਾ ਮੇਰੇ ਨਾਲ ਆਏ ਨੇ ਜੀ, ਔਰ ਜਿਸ ਤਰੀਕੇ ਨਾਲ ਧਰਮ ਪ੍ਰਚਾਰ ਨੇ ਪਿਛਲੇ 4-5 ਸਾਲਾਂ 'ਚ ਕੰਮ ਕੀਤਾ, ਅਸੀਂ ਫੈਸਲਾ ਕੀਤਾ ਸੀ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਟੇਜ ਮੇਰੇ ਤੋਂ ਪੁਰਾਣੇ ਪ੍ਰਧਾਨ ਸਾਹਿਬ ਪੋਲੀਟੀਕਲੀ ਵਰਤਦੇ ਸੀਗੇ, ਅਸੀਂ ਪੋਲੀਟੀਕਲੀ ਨਹੀਂ ਵਰਤਾਂਗੇ। ਅੱਜ ਮੈਨੂੰ 5.5 ਸਾਲ ਹੋ ਗਏ ਨੇ, 4 ਸਾਲ ਮੇਰਾ ਪਹਿਲਾ ਟੈਨਿਓਰ ਸੀਗਾ, 1.5 ਸਾਲ ਦੂਜਾ। 2017 'ਚ ਇਲੈਕਸ਼ਨਾਂ ਹੋਈਆਂ, ਸਾਰਿਆਂ ਨੇ ਰਾਈਟ ਆਫ ਕਰਤਾ ਸੀ ਕਿ ਦਿੱਲੀ ਹਾਰਾਂਗੇ, ਲੇਕਿਨ ਦਿੱਲੀ ਅਸੀਂ ਜਿੱਤ ਕੇ ਆਏ। ਸਿਚੁਏਸ਼ਨ ਇਹ ਹੈ ਕਿ ਅਸੀਂ ਸਟੇਜਾਂ ਨੂੰ ਸਿਰਫ ਧਾਰਮਿਕ ਰੱਖਿਆ, ਔਰ ਜਿਹੜੇ ਗੁਰਪੁਰਬ ਹੋਣ, ਜਿਹੜੇ ਕੁਛ ਗੁਰੂਆਂ ਦੇ ਗੁਰਪੁਰਬ ਦਿੱਲੀ 'ਚ ਮਨਾਏ ਜਾਂਦੇ ਹੈ, ਸਾਰੇ ਭਗਤਾਂ ਦੇ, ਪੀਰਾਂ ਦੇ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ, ਗੁਰੂ ਮਹਿਲਾਂ ਦੇ, ਸ਼ਹੀਦਾਂ ਦੇ, ਉਹ ਸਾਰੇ ਦਿਨ ਅਸੀਂ ਅੱਜ ਦਿੱਲੀ ਮਨਾਉਂਦੇ ਹਾਂ। ਮੈਂ ਇੱਕ ਦਰਖਾਸਤ ਵਿੱਚ ਰੋਕ ਰਿਹਾ, ਇੱਕ ਦਰਖਾਸਤ ਹੋਰ ਵੀ ਸਾਡੇ ਇੱਥੇ ਵੱਜਦੇ NRI ਭਰਾਵਾਂ ਦੀ ਹੁੰਦੀ ਹੈ ਕਿ ਇੱਕ DSGMC ਦੇ ਜਿਹੜੇ ਦਫ਼ਤਰ ਨੇ ਉਹ ਵੀ ਉਹ ਸਾਰੇ ਜਾਣ, ਜਿਵੇਂ ਅਮੈਰੀਕਾ ਦੇ ਵਿੱਚ ਨਿਊਯਾਰਕ ਜਿੱਥੇ ਜ਼ਿਆਦਾ ਤਾਦਾਦ ਹੈਗੀ ਹੈ, UK ਦੇ ਵਿੱਚ, ਲੰਡਨ ਦੇ ਵਿੱਚ, ਔਰ ਯੂਰੋਪ ਦੇ ਵਿੱਚ, ਪੈਰਿਸ ਦੇ ਵਿੱਚ, ਤਾਂ ਕਿ ਜਿਹੜੇ NRI ਭਰਾ ਨੇ ਉਹਨਾਂ ਨੇ ਅਗਰ ਦਿੱਲੀ ਜਾਣਾ ਹੋਏ, ਹੋਰ ਜਿਹੜੇ ਗੁਰਦੁਆਰਿਆਂ ਦਾ ਉਹਨਾਂ ਨੇ ਦਰਸ਼ਨ ਕਰਨੇ ਹੋਣ, ਰਹਿਣਾ ਹੋਏ, ਤਾਂ ਇੱਕ ਫੈਸਿਲਿਟੀ ਔਰ ਇੱਕ ਕਲਚਰਲ ਸੈਂਟਰ ਜਿਹੜਾ ਉਹ ਦਿੱਲੀ ਦੇ ਜਿਹੜੇ ਔਫਿਸ ਨੇ, DSGMC ਦੇ ਜਿਹੜੇ ਔਫਿਸ ਨੇ, ਉਹ ਜ਼ਰੂਰ ਇੱਥੇ ਹੋਣ। ਮੈਂ ਸਮਝਦਾ ਵਾਂ ਕਿ ਇਹਦੇ ਵਾਸਤੇ ਉਹ ਸਾਡੇ ਵੈਬਸਾਈਟ 'ਤੇ ਆ ਕੇ ਕੋਈ ਬੁਕਿੰਗ ਉਹਨਾਂ ਨੇ ਰਿਹਾਇਸ਼ ਹੀ ਕਰਾਉਣੀ ਹੋਵੇ। ਸਾਡੇ ਕੋਲ ਬੰਗਲਾ ਸਾਹਿਬ ਦੇ ਵਿੱਚ 50 ਦੇ ਕਰੀਬ ਕਮਰੇ ਨੇ, ਰਕਾਬਗੰਜ ਸਾਹਿਬ ਸਾਡੇ ਕੋਲ 45 ਦੇ ਕਰੀਬ ਕਮਰੇ ਨੇ, ਦਮਦਮਾ ਸਾਹਿਬ, ਸੀਸਗੰਜ ਸਾਹਿਬ ਸਾਡੇ ਕੋਲ ਤਕਰੀਬਨ ਮੇਰੇ ਖਿਆਲ 100 ਦੇ ਕਰੀਬ ਹੋਣਾ ਚਾਹੀਦਾ, ਔਰ ਮਜਨੂ ਟੀਲਾ ਸਾਹਿਬ, ਔਰ ਉਸ ਤੋਂ ਇਲਾਵਾ ਮੋਤੀਬਾਗ ਗੁਰਦੁਆਰੇ, ਬਹੁਤ ਵੱਡੀ ਕੰਸਟਰਕਸ਼ਨ ਚੱਲ ਰਹੀ ਹੈ, ਤਕਰੀਬਨ 35 ਕਮਰੇ ਹੋਰ ਬਣਦੇ ਪਏ ਨੇ, ਹਾਲ ਬਣਦੇ ਪਏ ਨੇ, ਔਰ ਇੰਟਰਨੈਸ਼ਨਲ ਸੈਂਟਰ ਆਫ ਸਿੱਖ ਸਟੱਡੀਜ਼ ਜਿਹੜਾ ਅਸੀਂ ਬਣਾਉਣ ਜਾ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਦੇ ਉੱਤੇ ਕਿਸੇ ਨੇ ਰਿਸਰਚ ਕਰਨੀ ਹੋਵੇ, ਇੱਕ ਜਗ੍ਹਾ ਦੁਨੀਆ ਦੇ ਵਿੱਚ ਐਸਾ ਸੈਂਟਰ ਨਹੀਂ ਬਣਿਆ ਹੋਏਗਾ। ਮੈਂ ਸਮਝਦਾ ਵਾਂ ਕਦ ਤੱਕ ਤਿਆਰ ਹੋ ਜਾਏਗਾ, ਇਹ 8 ਮਹੀਨਿਆਂ 'ਚ ਤਿਆਰ ਹੋ ਜਾਏਗਾ, ਮੇਰਾ ਵਿਸਾਖੀ ਦਾ ਟਾਰਗੇਟ ਹੈ, ਵਿਸਾਖੀ ਦਾ ਹੋਇਆ ਤਾਂ ਸ਼ਾਇਦ ਉਸ ਤੋਂ 2 ਮਹੀਨੇ ਬਾਅਦ ਹੋ ਜਾਏਗਾ। ਉਹਦੇ ਵਿੱਚ ਜਰਨੀ ਆਫ ਗੁਰੂ ਗ੍ਰੰਥ ਸਾਹਿਬ, ਆਪਾਂ ਕਦੀ ਸਿੱਖ ਧਰਮ ਨੇ ਇਸ ਪਾਸੇ ਸੋਚਿਆ ਹੀ ਨਹੀਂ ਨਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਇਕੱਠੀ ਹੋਈ ਕਿੱਦਾਂ, ਕਿੱਥੋਂ ਕਿੱਥੋਂ ਬਾਣੀ ਗੁਰੂ ਲੈ ਕੇ ਆਏ ਨੇ, ਔਰ ਫਿਰ ਜਿਹੜੀ ਬਾਣੀ ਇਕੱਠੀ ਹੋਈ ਹੈ ਉਹਦੇ 'ਚ ਕੀ ਕਸਵੱਟੀ ਸੀਗੀ ਕਿ ਕਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਾਏਗੀ, ਕਿਹੜੇ ਭਗਤ ਦੀ ਜਾਏਗੀ ਔਰ ਕਿਹਨਾਂ ਦੀ ਬਾਹਰ ਜਾਏਗੀ, ਉਹ ਇੱਕ ਸੈਂਟਰ ਬਣਦਾ ਪਿਆ। ਉਸ ਤੋਂ ਇਲਾਵਾ ਜਿਵੇਂ ਗੁਰੂ ਨਾਨਕ ਪਾਤਸ਼ਾਹ ਦੀ ਸ਼ਤਾਬਦੀ ਆ ਰਹੀ ਹੈ, ਰਾਣਾ ਜੀ ਨੇ ਹੁਣ ਦੱਸਿਆ ਕਿ ਅਸੀਂ ਅੰਬੈਸਡਰ ਆਫ ਗੁਰੂ ਨਾਨਕ ਬਣਾਉਣ ਜਾ ਰਹੇ ਹਾਂ, ਨਿੱਕੇ ਨਿੱਕੇ ਬੱਚੇ ਜਿਹੜੇ ਜਾ ਕੇ ਗੁਰੂ ਨਾਨਕ ਦੀ ਗੱਲ ਕਰਨ, ਕਿਉਂਕਿ ਗੁਰੂ ਨਾਨਕ ਨੇ ਸਿਰਫ, ਮੈਂ ਸਮਝਦਾ ਗੁਰੂ ਨਾਨਕ ਸਾਹਿਬ ਨੇ ਸਿਰਫ ਸਿੱਖਾਂ ਲਈ ਮੈਸੇਜ ਨਹੀਂ ਦਿੱਤਾ, ਦੁਨੀਆ ਵਾਸਤੇ ਦਿੱਤਾ, ਯੂਨੀਵਰਸਲ ਮੈਸੇਜ ਸੀਗਾ ਉਹਨਾਂ ਨੇ, ਮੈਸੇਜ ਇਨਵਾਇਰਮੈਂਟ ਦਿੱਤਾ। ਸਭ ਤੋਂ ਵੱਡੀ ਲੜਾਈ ਇਨਵਾਇਰਮੈਂਟ ਦਾ ਹੈ,
ਅੱਜ ਐਟਮ ਬੰਬ ਤੋਂ ਵੀ ਡਰਨ ਦੀ ਲੋੜ ਨਹੀਂ ਗੀ। ਗੁਰੂ ਨਾਨਕ ਸਾਹਿਬ ਨੇ ਮੈਸੇਜ ਦਿੱਤਾ ਸੰਵਾਦ ਦਾ, ਡਾਇਲੋਗ ਦਾ, ਉਹ 40,000 ਮੀਲ ਤੁਰ ਕੇ ਅਲੱਗ ਅਲੱਗ ਦੇਸ਼ਾਂ ਜਾ ਕੇ ਉਹਨਾਂ ਨੇ ਡਾਇਲੋਗ ਕੀਤਾ। ਆ ਯੂਨਾਈਟਿਡ ਨੇਸ਼ਨ ਜਿਹੜੇ ਸ਼ਹਿਰ 'ਚ ਮੈਂ ਬੈਠਾ ਉਹਨਾਂ ਦਾ ਹੈੱਡਕੁਆਟਰ ਹੈ, ਉਹਦੀ ਵੀ ਮੇਨ ਥੀਮ ਸੰਵਾਦ ਹੈ। ਮੈਂ ਸਮਝਦਾ ਗੁਰੂ ਨਾਨਕ ਸਾਹਿਬ ਨੇ ਮੈਸੇਜ ਦਿੱਤਾ ਹੈਗਾ ਇੱਕ ਰੱਬ ਦਾ, ਸਾਂਝੀਵਾਲਤਾ ਦਾ। ਮਨਜੀਤ ਸਿੰਘ ਜੀ, ਸਾਡੇ ਕੋਲ ਇੰਨਾ ਸਮਾਂ ਨਹੀਂ ਹੈਗਾ, ਮੈਂ ਸਮਝ ਪਾ ਰਿਹਾ ਕਿ ਜੋ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਰਨਾ ਚਾਹੁੰਦੇ ਹੋ, ਮੈਂ ਜਲਦੀ ਤੋਂ ਜਲਦ ਬਹੁਤ ਸਾਰੇ ਕੁਐਸਚਨ ਉਹਨਾਂ ਨੂੰ ਨਿਪਟਾਉਣ ਦੀ ਕੋਸ਼ਿਸ਼ ਕਰਨਾ ਚਾਹੁੰਦਾ। ਸਾਨੂੰ ਸਰਦਾਰ ਇੰਦਰਜੀਤ ਸਿੰਘ ਜੀ ਪੁੱਛਦੇ ਨੇ ਲੰਡਨ ਤੋਂ ਕਿ ਉਹਨਾਂ ਨੇ ਅਗਰ ਗੁਰੂ ਘਰ ਦੇ ਵਿੱਚ ਆਪਣੀ 10-9 ਦੀ ਕਮਾਈ ਪਾਣੀ ਹੋਈ ਡੋਨੇਟ ਕਰਨਾ ਹੋਵੇ ਤਾਂ ਕਿਵੇਂ ਕਰ ਸਕਦੇ ਨੇ? ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਈਟ ਹੈਗੀ ਹੈ, ਉਸ ਦੇ ਉੱਤੇ ਚਲੇ ਜਾਣ ਔਰ ਉਹਦੇ ਵਿੱਚ ਉਹ ਚੈੱਕ ਰਾਹੀਂ ਅਕਾਊਂਟ ਰਾਹੀਂ ਆਪਣੇ ਪੈਸੇ ਟ੍ਰਾਂਸਫਰ ਕਰ ਸਕਦੇ। ਜੀ 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 ਰਾਣਾ ਜੀ, ਕਿਹੜੇ ਕਿਹੜੇ ਹੋਰ ਪ੍ਰੋਗਰਾਮ ਅੱਗੇ ਹੋਣ ਵਾਲੇ ਨੇ? ਇੱਕ ਸਵਾਲ ਹੋਰ ਹੈ ਬਹੁਤ, ਉਹ ਵੀ ਮੈਂ ਤੁਹਾਡੇ ਤੋਂ ਲੈਣਾ, ਲੇਕਿਨ ਤੁਸੀਂ ਪਹਿਲੇ ਪ੍ਰੋਗਰਾਮ ਦੱਸ ਦਿਓ ਕਿਹੜੇ ਕਿਹੜੇ ਨੇ। ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ, ਇਹ ਤੁਹਾਨੂੰ ਦੱਸਿਆ ਜਿਵੇਂ ਕਿ 550 ਸਾਲਾਂ ਧੰਨ ਗੁਰੂ ਨਾਨਕ ਦੇਵ ਜੀ ਸ਼ਤਾਬਦੀ ਆ ਰਹੀ ਹੈ ਜੀ, ਅਕਾਲੀ ਬਾਬਾ ਫੂਲਾ ਸਿੰਘ ਜੀ ਦੀ 200 ਸਾਲਾਂ ਸ਼ਤਾਬਦੀ। 550 ਪ੍ਰਕਾਸ਼ ਪੁਰਬ ਕਿਵੇਂ ਮਨਾ ਰਹੇ ਹੋ? ਪਾਕਿਸਤਾਨ ਦੀ ਕੋਈ ਜਾ ਰਹੇ ਹੋ ਜਾਂ ਕੁਝ ਵੱਡੇ ਪੱਧਰ ਤੇ ਨਗਰ ਕੀਰਤਨ ਹੋ ਰਹੇ ਨੇ? ਇੱਕ ਵੱਡਾ ਫੈਸਲਾ ਲਿਆ ਗਿਆ ਕਿ ਨਨਕਾਣਾ ਸਾਹਿਬ ਤੋਂ ਨਗਰ ਕੀਰਤਨ ਚੱਲੇ, ਜੇ ਉੱਥੇ ਸਰਕਾਰ ਸਾਨੂੰ ਪਰਮਿਸ਼ਨ ਦੇਗੀ ਤਾਂ ਸਾਡਾ ਫੈਸਲਾ ਹੈ ਕਿ ਅਸੀਂ ਨਨਕਾਣਾ ਸਾਹਿਬ ਤੋਂ ਉਹ ਜਾ ਕੇ। ਔਰ ਜਿਹੜਾ ਵੱਡਾ ਫੈਸਲਾ ਲਿਆ ਗਿਆ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੱਲੋਂ, ਜਿਹੜਾ 40,000 ਕੋਸ ਗੁਰੂ ਨਾਨਕ ਸਾਹਿਬ ਨੇ ਰਸਤਾ ਤੈਅ ਕੀਤਾ ਹੈ, ਕੋਸ਼ਿਸ਼ ਕਰਾਂਗੇ ਉਹਨਾਂ ਸਾਰੇ ਇਤਿਹਾਸਿਕ ਸਥਾਨਾਂ 'ਤੇ ਜਾਣ ਦਾ, ਉੱਥੇ ਜਾ ਕੇ ਪ੍ਰਚਾਰ ਕਰਨ ਦਾ। ਪਿਛਲੇ ਦਿਨੀ ਬਿੱਦਰ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਗੁਰਦੁਆਰਾ ਸਾਹਿਬ ਦੀ ਉਸਾਰੀ ਹੋਈ ਹੈ, ਨਵੇਂ ਤਰੀਕੇ ਨਾਲ ਉਹਨੂੰ ਪੂਰਾ ਰੈਨੋਵੇਟ ਕੀਤਾ ਗਿਆ, ਉੱਥੇ ਵੀ ਅਸੀਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੱਲੋਂ ਹਾਜ਼ਰੀ ਭਰੀ ਸੀ। ਔਰ ਆਉਣ ਵਾਲੇ ਸਮੇਂ 'ਚ ਕਸ਼ਮੀਰ ਦੇ ਵਿੱਚ ਅਸੀਂ ਜਿੱਥੇ ਲਦਾਖ ਦੇ ਵਿੱਚ ਗੁਰੂ ਨਾਨਕ ਸਾਹਿਬ ਸਥਾਨ ਹੈ ਸਾਡਾ, ਉੱਥੇ ਵੀ ਇੱਕ ਬਹੁਤ ਵੱਡਾ ਪ੍ਰੋਗਰਾਮ ਹੈ ਕਿ ਨਗਰ ਕੀਰਤਨ ਦੇ ਰਾਹੀਂ ਸੰਗਤਾਂ ਨੂੰ ਅਵੇਅਰਨੈਸ ਦੇਣੀ ਹੈ। ਔਰ ਜਿਵੇਂ ਕਿ ਤੁਸੀਂ ਦੇਖਿਆ ਕਿ ਪਿਛਲੇ ਦਿਨੀਂ ਇੱਕ ਬੱਚੀ ਉੱਤੇ ਜਬਰਨ ਜ਼ੋਰ ਨਾਲ ਉਹਨੂੰ ਇਸਲਾਮੀ ਧਰਮ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਤਾਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਫੈਸਲਾ ਲਿਆ ਔਰ ਸਕੱਤਰ ਸਾਹਿਬ ਨੇ ਫੈਸਲਾ ਲਿਆ, ਅਸੀਂ ਇਮੀਡੀਏਟਲੀ ਉੱਥੇ ਕਸ਼ਮੀਰ ਗਏ, ਗਵਰਨਰ ਨੂੰ ਮਿਲੇ, ਉਸ ਬੱਚੀ ਨੂੰ ਅਸੀਂ ਧਰਮ ਪ੍ਰਚਾਰ ਦੀ ਜੋਬ 'ਤੇ ਰੱਖਿਆ ਕਿ ਜਿਹੜੀਆਂ ਬੱਚੀਆਂ ਆਪਣੀਆਂ ਗੱਲਾਂ ਸਾਨੂੰ ਨਹੀਂ ਦੱਸ ਪਾਉਂਦੀਆਂ, ਇਹ ਤਾਂ ਇੱਕ ਬੱਚੀ ਸਾਹਮਣੇ ਆ ਗਈ, ਉਸ ਬੱਚੀ ਨੂੰ ਅਸੀਂ ਇਸ ਕੰਮ 'ਤੇ ਲਾਇਆ ਕਿ ਜਿਹੜੀ ਵੀ ਕਸ਼ਮੀਰ ਬੱਚੀਆਂ ਨੂੰ ਕੋਈ ਵੀ ਦਿੱਕਤ ਆਉਂਦੀ ਹੈ, ਕਿੱਥੇ ਪਰੇਸ਼ਾਨੀ ਆਉਂਦੀ ਹੈ ਔਰ ਕਿਵੇਂ ਸਾਡਾ ਗੁਰੂ ਦੇ ਮਿਹਰ ਦਾ ਇਤਿਹਾਸ ਹੈ ਉਹਨਾਂ ਤੱਕ ਪਹੁੰਚਾਇਆ। ਇਹੋ ਜਿਹੇ ਕਈ ਪ੍ਰੋਗਰਾਮ ਨੇ ਕਿਉਂਕਿ ਸਮਾਂ ਘੱਟ ਹੈ। ਅਰਸ਼ਦੀਪ ਸਿੰਘ ਜੀ ਪੁੱਛਦੇ ਨੇ ਕਿ ਸੰਤ ਜਰਨੈਲ ਖਾਲਸਾ ਜੀ ਭਿੰਡਰਾਂ ਵਾਲਿਆਂ ਦੀ ਇੱਕ ਫੋਟੋ ਲਾਈ ਗਈ ਸੀ, ਉਸ ਆਟੋ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਸਾਡੇ ਭਰਾ ਨੂੰ, ਉਹਦਾ ਸਿਰਫ ਇੰਨਾ ਦੋਸ਼ ਸੀਗਾ ਕਿ ਉਹਨੇ ਫੋਟੋ ਲਾਈ ਸੀ। ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ 80 ਵੇਲੇ ਪ੍ਰਧਾਨ ਸਾਹਿਬ ਦੀ ਨੌਲੇਜ 'ਚ ਗੱਲ ਪਾਈ ਗਈ, ਪ੍ਰਧਾਨ ਸਾਹਿਬ ਨੇ ਉਸ ਏਰੀਏ ਜਿਹੜੇ ਵੀ ਮੈਂਬਰ ਸਾਹਿਬਾਨ ਸੀ ਉਹਨੇ ਡਿਊਟੀ ਲਾਈ, ਸਾਰੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਸਾਹਿਬਾਨ ਉੱਥੇ ਥਾਣੇ 'ਚ ਪਹੁੰਚੇ, ਕੁਲਦੀਪ ਸਿੰਘ ਸਾਹਨੀ ਹੋ ਰਹੀ, ਹੋਰ ਗੁਰਮੀਤ ਸਿੰਘ ਫੈਡਰੇਸ਼ਨ ਹੋ ਰਹੀ, ਸਾਰਿਆਂ ਨੇ ਪਹੁੰਚ ਕੇ ਉਸ ਮਸਲੇ ਨੂੰ ਹੱਲ ਕੀਤਾ ਔਰ ਰਾਤੀ ਉਹਨੂੰ ਛੁੜਾ ਕੇ ਘਰ ਲੈ ਕੇ। ਸਿੱਖਾਂ ਦੇ ਵਿੱਚ ਡਰ ਦਾ ਮਾਹੌਲ ਹੈ ਗਿਆ ਭਾਰਤ ਦੇ ਵਿੱਚ? ਕੋਈ ਡਰ ਦਾ ਮਾਹੌਲ ਨਹੀਂ ਹੈ, ਅਸੀਂ ਆਪ ਇਹੋ ਜਿਹੇ ਕਮੈਂਟ ਜਿਹੜੇ ਫੇਸਬੁੱਕਾਂ 'ਤੇ ਭੜਕਾਉਣ ਵਾਲੇ ਕਰਦੇ ਹਾਂ ਅੱਗੋਂ ਵੀ ਕਰਦੇ ਹਾਂ, ਔਰ ਸਭ ਤੋਂ ਪਹਿਲੀ ਗੱਲ ਜੇ ਅਸੀਂ ਬਾਣੀ 'ਤੇ ਬਾਣੇ 'ਚ ਆ ਜਾਵਾਂਗੇ, ਜੇ ਅਸੀਂ ਸ਼ਸਤਰਧਾਰੀ ਹੋਵਾਂਗੇ ਸਾਨੂੰ ਕਿਸੇ ਨੇ ਕੁਛ ਕਹਿਣਾ ਨਹੀਂ। ਤੁਸੀਂ ਸਰ ਜਰਨੈਲ ਸਿੰਘ ਖਾਲਸਾ ਪਿੰਡਰਾਣੇ ਦੀ ਗੱਲ ਕੀਤੀ ਹੈ, ਜਿਸ ਦਿਨ ਇਹ ਗੱਲ ਹੋਈ ਮੈਨੂੰ ਮੀਡੀਆ ਵਾਲਿਆਂ ਦੇ ਫੋਨ ਆਏ, ਮੈਂ ਕਿਹਾ ਮੇਰੇ ਦਫ਼ਤਰ 'ਚ ਗੁਰਦੁਆਰਾ ਕਮੇਟੀ 'ਚ ਮੇਰੇ ਪਿਤਾ ਜਹੇਦਰ ਸੰਤੋਖ ਸਿੰਘ ਦੀ ਔਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਣੇ ਦੀ ਫੋਟੋ ਹੈ, ਉਹ ਫੋਟੋ ਹੈ ਜਦੋਂ ਉਹਨਾਂ ਨੂੰ ਫਿਰੋਜ਼ਪੁਰ ਜੇਲ੍ਹ 'ਚੋਂ ਰਿਹਾਅ ਮੇਰੇ ਪਿਤਾ ਨੇ ਕਰਾਇਆ ਸੀਗਾ, ਉਹ ਦੋਵੇਂ ਬਾਹਰ ਆ ਰਹੇ ਨੇ ਅਤੇ ਮੈਂ ਕਿਹਾ ਫਿਰ ਤਾਂ ਮੈਨੂੰ ਅਰੈਸਟ ਕਰਨਾ ਚਾਹੀਦਾ। ਸਾਡੇ ਕਾਲਰ ਪਿਛਲੇ 15 ਮਿੰਟ ਤੋਂ ਹੋਲਡ ਦੇ ਵਿੱਚ ਨੇ, ਉਹਨਾਂ ਦੀ ਕਾਲ ਲੈ ਲਈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਤਿਲਕ ਵਿਹਾਰ ਇਹ ਹੈ ਕਿ ਮੇਰੇ ਤੋਂ ਪਹਿਲੇ ਜਿਹੜੇ ਪ੍ਰਧਾਨ ਰਹੇ ਨੇ 15 ਸਾਲ, ਉਹਨਾਂ ਨੇ ਪੈਨਸ਼ਨ ਬੰਦ ਕਰਤੀ, ਉਹਨਾਂ ਨੂੰ ਕੋਈ ਸਹੂਲਤ ਦਿੱਤੀ ਸੀ, ਅੱਜ ਅਸੀਂ ਉਹਨਾਂ ਨੂੰ ਪੈਨਸ਼ਨ ਦੇ ਰਹੇ ਹਾਂ। ਤਕਰੀਬਨ 900 ਵਿਡੋਜ਼ ਨੇ ਦਿੱਲੀ ਔਰ ਦਿੱਲੀ ਤੋਂ ਬਾਹਰ ਜਿਹੜੀਆਂ ਰਹਿੰਦੀਆਂ, ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਅਸੀਂ ਕਰਾ ਰਹੇ ਹਾਂ, ਉਹਨਾਂ ਨੂੰ ਕੋਈ ਬਿਮਾਰੀ ਠਮਾਰੀ ਹੋਵੇ ਜਾਂ ਉਹਨਾਂ ਦੇ ਘਰ 'ਚ ਕੋਈ ਖੁਸ਼ੀ ਗਮੀ ਹੋਵੇ ਉਹਦੀ ਮਦਦ ਵੀ ਦਿੱਲੀ ਗੁਰਦੁਆਰਾ ਕਮੇਟੀ ਕਰਦੀ ਹੈ। ਲੇਕਿਨ ਜਿਹੜੀ ਸਰਕਾਰ ਹੈ, ਜਿਹੜੀ ਦਿੱਲੀ ਦੇ ਵਿੱਚ ਇਸ ਵੇਲੇ ਸਰਕਾਰ ਹੈ ਕੇਜਰੀਵਾਲ ਦੀ, ਉਹਨਾਂ ਵੱਲੋਂ ਜੋ ਮਦਦ ਚਾਹੀਦੀ ਹੈ ਉਹ ਮਦਦ ਨਹੀਂ ਉਹਨਾਂ ਨੂੰ ਪਹੁੰਚਦੀ ਪਈ। ਪਰ ਮੈਂ ਇਹ ਕਹਿ ਸਕਦਾ ਵਾਂ ਕਿ ਜੋ ਦਿੱਲੀ ਗੁਰਦੁਆਰਾ ਕਮੇਟੀ ਕਰ ਰਹੀ ਹੈ ਉਹ ਆਪਣੇ ਤੋਂ ਬਾਹਰ ਜਾ ਕੇ ਕਰਦੀ ਪਈ ਹੈ ਔਰ ਪੂਰੀ ਮਦਦ। ਰਾਣਾ ਜੀ, ਜਿਵੇਂ ਤੁਸੀਂ ਕਿਹਾ ਕਿ ਸਾਨੂੰ ਲੋੜ ਹੈਗੀ ਹੈ ਖੁਦ ਪਾਰਟੀ ਦੇ ਵਿੱਚ ਜਾ ਕੇ ਨੁਮਾਇੰਦਗੀ ਕਰਨ ਦੀ, ਇਸ ਕਰਕੇ ਤੁਸੀਂ ਕੌਂਸਲਰ ਦੀ ਚੋਣ ਵੀ ਲੜੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਛ ਤਿਆਰੀਆਂ ਹਨ? MLA ਲੜਨ ਜਾ ਰਹੇ ਹੋ? ਇਹ ਪਾਰਟੀ ਦਾ ਫੈਸਲਾ, ਮੇਰਾ ਫੈਸਲਾ ਨਹੀਂ ਹੋਏਗਾ ਜੀ।
ਔਰ ਮੈਂ ਸਭ ਤੋਂ ਵੱਡੀ ਗੱਲ ਤੁਹਾਨੂੰ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਅਕਾਲੀ ਦਲ ਦਿੱਲੀ ਦੇ ਵਿੱਚ ਜਿਵੇਂ ਵੀ ਅਸੀਂ ਕੰਮ ਕਰ ਰਹੇ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ, ਸਭ ਤੋਂ ਪਹਿਲਾਂ ਆਪਣਾ ਧਰਮ ਹੈ, ਆਪਣੀ ਗੁਰਧਾਮ ਨੇ, ਪਾਰਟੀਆਂ ਸਾਰੀਆਂ ਬਾਅਦ 'ਚ ਨੇ, ਇਹ ਗੱਲ ਯਾਦ ਰੱਖਣਾ। ਜਿੱਥੇ ਵੀ ਹੋਵਾਂਗੇ ਪਹਿਲੇ ਆਪਣੇ ਖਾਲਸਾ ਪੰਥ ਦੀ ਗੱਲ ਕਰਾਂਗੇ, ਬਾਅਦ 'ਚ ਕੋਈ ਹੋਰ ਗੱਲ ਹੋਈ ਜੀ। ਆਉਣ ਵਾਲੇ ਸਮੇਂ ਦੇ ਹੋਰ ਫਿਊਚਰ ਪਲਾਨਸ? ਮੈਂ ਫਿਊਚਰ ਪਲਾਨ ਦੇ ਫੜੇ ਨੇ, ਮੈਂ ਉਹਨਾਂ ਦੀ ਗੱਲ ਨਾ ਕਰਾਂ, ਮੈਂ ਮੈਸੇਜ ਦੇਣਾ ਚਾਹਾਂਗਾ ਜੀ। ਮੇਰਾ ਇਸ ਫੇਰੀ ਦੇ ਉੱਤੇ 550 ਸਾਲਾ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਅਗਲੇ ਸਾਲ ਆ ਰਿਹਾ, ਉਸ ਕਰਕੇ ਮੈਂ ਆਇਆ ਵਾਂ। ਮੈਂ ਸਮਝਦਾ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਕੈਨਵਸ ਬਹੁਤ ਵੱਡਾ ਹੈ। ਅੱਜ ਤੁਸੀਂ ਅਮੈਰੀਕਨ ਕੌਨਸਟੀਟਿਊਸ਼ਨ ਚੁੱਕ ਲਓ, ਤੁਸੀਂ ਕੈਨੇਡੀਅਨ ਚੁੱਕੋ, ਬ੍ਰਿਟਿਸ਼ ਚੁੱਕੋ, ਹਿੰਦੁਸਤਾਨ ਦਾ ਚੁੱਕੋ, ਪਾਕਿਸਤਾਨ ਦਾ ਚੁੱਕੋ, ਉਹ ਸਾਰੀਆਂ ਗੱਲਾਂ ਜੋ ਗੁਰੂ ਨਾਨਕ ਸਾਹਿਬ ਕਹਿ ਕੇ ਗਏ ਨੇ, ਉਹ ਸਾਰਿਆਂ ਦੇ ਕੌਨਸਟੀਟਿਊਸ਼ਨ 'ਚ ਹੈ। ਸਾਡੇ ਸਿਆਸੀ ਮਤਭੇਦ ਤੁਸੀਂ ਦੇਖਿਆ, ਟੈਲੀਫੋਨ 'ਤੇ ਸਾਨੂੰ ਕੌੜੇ ਸਵਾਲ ਵੀ ਪੁੱਛੇ ਜਾਂਦੇ ਨੇ, ਸਾਨੂੰ ਵੀ ਕਿਤੇ ਨਾ ਕਿਤੇ ਸ਼ਾਇਦ ਤਕਲੀਫ ਹੁੰਦੀ ਹੋਵੇ ਕਿ ਐਡਾ ਕੁਛ ਕਰਨ ਤੋਂ ਬਾਅਦ ਵੀ, ਲੇਕਿਨ ਮੈਂ ਸਮਝਦਾ ਸਾਡੀਆਂ ਸਿਆਸੀ ਲੜਾਈਆਂ ਆਪਣੀ ਜਗ੍ਹਾ ਰਹਿਣਗੀਆਂ। ਗੁਰੂ ਨਾਨਕ ਸਾਹਿਬ ਦਾ ਸੁਨੇਹਾ ਆਪਾਂ ਇਕੱਠੇ ਹੋ ਕੇ, ਪੱਗਾਂ ਜੋੜ ਕੇ, ਸਿਰ ਜੋੜ ਕੇ ਆਪਾਂ ਦਈਏ, ਦੁਨੀਆਂ ਨੂੰ ਦੱਸ ਦਈਏ ਕਿ ਇਹ ਗੁਰੂ ਕੀ ਲਾਡਲੀ ਫੌਜ ਜਿਹੜੀ ਪਹਿਲੇ ਪਾਤਸ਼ਾਹ ਤੋਂ ਦਸਮ ਪਾਤਸ਼ਾਹ ਨੇ ਔਰ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੁੰਦੀ ਹੈ, ਇਹ ਇਨਸਾਨੀਅਤ ਦੇ ਪੁਜਾਰੀ ਨੇ, ਇਹ ਗਰੀਬ ਗੁਰਬੇ ਦੀ ਮਦਦ ਕਰਨ ਵਾਲੇ ਨੇ, ਇਹ ਜ਼ੁਲਮ ਦੇ ਖਿਲਾਫ ਲੜਨ ਵਾਲੇ ਨੇ, ਇਹ ਇੱਕ ਰੱਬ ਦੀ ਗੱਲ ਕਰਦੇ ਨੇ, ਇਨਵਾਇਰਮੈਂਟ ਦੀ ਗੱਲ ਕਰਦੇ ਨੇ, ਸਵੱਛਤਾ ਦੀ ਗੱਲ ਕਰਦੇ ਨੇ, ਇਹ ਸੁਨੇਹਾ ਦੇਣਾ ਚਾਹੁੰਦਾ। ਕੋਸ਼ਿਸ਼ ਇਹ ਰਹਿੰਦੀ ਹੈ ਜੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਚੱਲਦੇ ਹੋਏ ਸਿਧਾਂਤਾਂ ਦੇ ਉੱਤੇ ਜਿਹੜੀਆਂ ਪਾਰਟੀਆਂ ਹਨ ਉਹ ਚੱਲਣ, ਨਾ ਇਹ ਕਰਨ ਕਿ ਸਭ ਮੇਰਾ ਮੇਰਾ ਮੇਰਾ, ਕੋਸ਼ਿਸ਼ ਕਰਨ ਕਿ ਸਭ ਤੇਰਾ ਤੇਰਾ ਤੇਰਾ, ਔਰ ਆਉਣ ਵਾਲੇ ਸਮਝ ਦੇ ਵਿੱਚ ਇਹ ਸਭ ਗੱਲਾਂ ਵੇਖਣ ਨੂੰ ਮਿਲਣ, ਔਰ ਜਿਹੜੀ ਤਸਵੀਰ ਹੈ ਉਹ ਸਾਫ਼ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਹੈ। ਲੇਕਿਨ ਇਸ ਤਸਵੀਰ ਦੇ ਵਿੱਚ ਤੁਹਾਨੂੰ ਕੀ ਕੁਝ ਨਜ਼ਰ ਆਇਆ ਲਿਖ ਦਿਓ ਮੈਨੂੰ ਫਟਾਫਟ, info@justbroadcasting.com ਦੇ ਉੱਤੇ, harkirat@justbroadcasting.com ਦੇ ਉੱਤੇ। ਸਮਾਂ ਮੈਨੂੰ ਇਜਾਜ਼ਤ ਨਹੀਂ ਦੇ ਰਿਹਾ, ਲਈ ਤਾਂ ਮੈਂ ਤੁਹਾਡੀ ਕਾਲਸ ਲੈਣਾ ਚਾਹੁੰਦਾ ਸੀਗਾ। ਮੈਂ ਮਾਫ਼ੀ ਮੰਗਦਾ, ਅਪੋਲੋਜਾਈਜ਼ ਕਰਦਾ ਉਹਨਾਂ ਸਾਰੇ ਕਾਲਰਸ ਨੂੰ ਜਿਨ੍ਹਾਂ ਦੀ ਮੈਂ ਕਾਲ ਨਹੀਂ ਲੈ ਪਾਇਆ, ਬਟ ਮੈਂ ਚਾਹੁੰਦਾ ਕਿ ਤੁਸੀਂ ਮੈਨੂੰ ਮੇਲ ਕਰਕੇ ਆਪਣੇ ਫੀਡਬੈਕਸ ਮੈਨੂੰ ਭੇਜ ਦਿਓ। ਸੇ ਮੈਂ ਸੀਗਾ ਹਰਕੀਰਤ ਸਿੰਘ ਆਲੂਵਾਲੀਆ, ਮੇਰੇ ਨਾਲ ਸੀਗੇ DSGMC ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ, ਧਰਮ ਪ੍ਰਚਾਰ ਕਮੇਟੀ ਦੇ ਚੇਅਰਪਰਸਨ ਪਰਮਜੀਤ ਸਿੰਘ ਰਾਣਾ ਹੋਰੀ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।